ਪੈਰਿਸ ਦੇ ਵਿੱਚ ਇਕੱਲੀ ਪੈਰਿਸ ਦੀ ਪੁਲਿਸ ਨਹੀਂ ਅਲੱਗ-ਅਲੱਗ ਦੇਸ਼ਾਂ ਤੋਂ ਪੁਲਿਸ ਮੰਗਾਈ ਗਈ ਹੈ। ਅਲੱਗ-ਅਲੱਗ ਦੇਸ਼ਾਂ ਦੀ ਪੁਲਿਸ ਉੱਥੇ ਕਿਉਂ ਗਈ ਹੈ ਜੀ? ਤੇ ਐਲ.ਏ. ਵਾਸਤੇ ਉਹਨਾਂ ਨੇ ਸਪੈਸ਼ਲ ਕੋਈ ਪੈਕੇਜ ਦਿੱਤਾ ਹੋਵੇ ਵੀ ਭਾਈ ਤੁਸੀਂ ਖੁੱਲ ਕੇ ਖੇਡੋ। ਤੁਹਾਨੂੰ ਪੂਰੀਆਂ ਰਾਹਤਾਂ ਦਿੱਤੀਆਂ ਹੋਈਆਂ। ਇਹ ਪੈਕੇਜ ਕਿਉਂ ਦਿੱਤਾ ਜੀ ਐਲ.ਏ. ਦੀ ਪੁਲਿਸ ਨੂੰ? ਹਾਂਜੀ ਬ੍ਰਾਡਰ ਸਾਹਿਬ, ਇਸ ਵੇਲੇ 1 ਆਫ ਦਾ ਲਾਰਜੈਸਟ ਸਪੋਰਟਸ ਇਵੈਂਟ ਹੋਣ ਵਾਲਾ ਸ਼ੁਰੂ ਪੈਰਿਸ ਦੇ ਵਿੱਚ ਪੈਰਿਸ 올림픽ਸ ਸਾਰੀ ਦੁਨੀਆ ਦੀਆਂ ਨਿਗਾਹਾਂ ਉਧਰ ਨੂੰ ਹੁੰਦੀਆਂ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਬਲਕਿ ਕਰੋੜਾਂ ਦੀ ਗਿਣਤੀ ਦੇ ਵਿੱਚ ਟੂਰਿਸਟ ਨੇ ਵਿਜ਼ਿਟਰਸ ਨੇ ਉੱਥੇ ਪਹੁੰਚਣਾ ਹੈ ਇਸੇ ਚੱਲਦੇ ਆ ਪੈਰਿਸ 올림픽 ਦੇ ਵਿੱਚ ਜ਼ਬਰਦਸਤ ਸਿਕਿਉਰਿਟੀ ਇੰਤਜ਼ਾਮ ਕੀਤੇ ਗਏ ਨੇ ਕੈਲੀਫੋਰਨੀਆ ਵੱਲੋਂ ਵੀ ਆਪਣੀ ਪੁਲਿਸ ਦੀ ਟੁਕੜੀ ਉੱਥੇ ਭੇਜੀ ਜਾਣੀ ਹੈ ਦਰਅਸਲ ਪੈਰਿਸ ਤੋਂ ਬਾਅਦ ਨੈਕਸਟ ਸਮਰ 올림픽ਸ ਆ ਜਿਹੜੇ ਬ੍ਰਾਟਸਬ O 2028 ਦੇ ਵਿੱਚ ਹੋਣੇ ਆ ਤੇ ਉਹ ਲਾਸ ਐਂਜਲਸ ਦੇ ਵਿੱਚ ਹੋਣੇ ਆ ਇਸੇ ਲਈ ਐਲ ਏ ਨੇ ਆਪਣੀ ਐਲ ਏ ਪੀ ਡੀ ਦੀ ਇੱਕ ਸਮਾਲ ਕਾਡਰ ਨੂੰ ਉੱਥੇ ਸਪੈਸ਼ਲੀ ਭੇਜਣਾ ਹੈ ਪੈਰਿਸ ਦੇ ਵਿੱਚ ਤਾਂ ਕਿ ਉਹ ਇਹ ਜਿਹੜੀਆਂ ਸਿਕਿਉਰਿਟੀ ਦੇ ਇੰਤਜ਼ਾਮ ਨੇ ਉਹਨਾਂ ਦੀ ਚੰਗੀ ਤਰ੍ਹਾਂ ਕੋਖ ਕਰ ਸਕਣ ਚੰਗੀ ਤਰ੍ਹਾਂ ਜਾਇਜ਼ਾ ਲੈ ਸਕਣ ਐਲਪੀਡੀ ਨੇ ਫਰਾਂਸ ਗਵਰਨਮੈਂਟ ਨੂੰ ਕਨਵਿੰਸ ਕਰ ਲਿਆ ਕਿ ਉਹ ਆਪਣੇ ਵੈਪਨ ਲੈ ਕੇ ਉੱਥੇ ਜਾਣਗੇ ਹਾਲਾਂਕਿ ਫ੍ਰੈਂਚ ਗਵਰਨਮੈਂਟ ਨੇ ਇਹ ਲਾ ਬਣਾਇਆ ਕਿ ਓਵਰਸੀਜ਼ ਪੁਲਿਸ ਆਉਗੀ ਤਾਂ ਜ਼ਰੂਰ ਪਰ ਉਹ ਆਰਮਡ ਨਹੀਂ ਹੋਊਗੀ ਉਹ ਹਥਿਆਰਬੰਦ ਨਹੀਂ ਹੋਊਗੀ ਪਰ ਇਸ ਲਾ ਨੂੰ ਉਹਨਾਂ ਨੇ ਐਲਪੀਡੀ ਦੇ ਲਈ ਸਸਪੈਂਡ ਕਰ ਦਿੱਤਾ ਐਲਪੀਡੀ ਨੂੰ ਅਲਾਉ ਕੀਤਾ ਕਿ ਉਹ ਹਥਿਆਰਬੰਦ ਰਹਿ ਸਕਦੇ ਨੇ ਬ੍ਰਾਡਸਬ ਕੁੱਲ 32 ਐਲਪੀਡੀ ਰਿਜ਼ਰਵ ਆਫੀਸਰ ਉੱਥੇ ਪਹੁੰਚਣਗੇ ਉਹਨਾਂ ਦੇ ਨਾਲ ਇੱਕ ਸੁਪਰਵਾਈਜ਼ਰ ਹੋਏਗਾ ਅਗਲੇ ਹਫ਼ਤੇ 올림픽 ਡੈਲੀਗੇਸ਼ਨ ਦੇ ਨਾਲ ਹੀ ਇਹ ਹਿੱਸਾ ਬਣ ਕੇ ਫਰਾਂਸ ਪਹੁੰਚਣਗੇ ਅਤੇ ਉੱਥੇ ਅਲੱਗ-ਅਲੱਗ ਇਵੈਂਟਸ ਸਾਈਟ ਤੇ ਜਾ ਕੇ ਇਹਨਾਂ ਨੇ ਕੰਮ ਕਰਨਾ ਹੈ ਐਲਪੀਡੀ ਫਰੈਂਚ ਨੈਸ਼ਨਲ ਪੁਲਿਸ ਤੇ ਜੈਂਡਰ ਮੈਰੀ ਦੀ ਸੁਪਰਵੀਜ਼ਨ ਹੇਠਾਂ ਕੰਮ ਕਰਨਗੇ ਇਹ ਵੀ ਪਤਾ ਲੱਗਿਆ ਕਿ ਫਰਾਂਸ ਜਿਹੜੀ ਗਵਰਨਮੈਂਟ ਆ ਉਹ ਇਸ ਰਿਜ਼ਰਵ ਫੋਰਸ ਦਾ ਇਅਰ ਫੀਅਰ ਵੀ ਪੇ ਕਰੂਗੀ ਲੋਜਿੰਗ ਐਕਸਪੈਂਸਸ ਵੀ ਪੇ ਕਰੂਗੀ ਜਿਹੜਾ ਕੱਲਾ ਖਾਣ ਪੀਣ ਦਾ ਇੰਤਜ਼ਾਮ ਆ ਉਹ ਐਲਪੀਡੀ ਦਾ ਆਪਣਾ ਹੋਵੇਗਾ ਰਿਜ਼ਰਵ ਦੀਆਂ ਤਿੰਨ ਟੀਮਾਂ ਬਣ ਗਈਆਂ ਜਿਹੜੀਆਂ ਅਲੱਗ-ਅਲੱਗ ਥਾਵਾਂ ਤੇ ਰਹਿਣਗੀਆਂ ਡਿਊਰਿੰਗ ਦਾ ਗੇਮਸ ਹਰ ਇੱਕ ਟੀਮ ਜਿਹੜੀ 8 ਤੋਂ 10 ਘੰਟੇ ਦੀ ਸ਼ਿਫਟ ਦੇ ਵਿੱਚ ਕੰਮ ਕਰੇਗੀ ਇਹ ਹਫ਼ਤੇ ਦੇ 5 ਦਿਨ ਕੰਮ ਕਰਨਗੇ ਜੇ ਇਹ ਗੱਲ ਆਪਾਂ 올림픽 ਦੇ ਇੰਤਜ਼ਾਮਾਂ ਦੀ ਕਰੀਏ ਤਾਂ ਇਹ ਦੱਸਿਆ ਜਾ ਰਿਹਾ ਕਿ 43 ਕੰਟਰੀਜ਼ ਦੇ ਵਿੱਚੋਂ ਪੁਲਿਸ ਆਫੀਸਰ ਉੱਥੇ ਆਏ ਹੋਏ ਨੇ 1800 ਤੋਂ ਵੱਧ ਫੋਰਨ ਪੁਲਿਸ ਆਫੀਸਰ ਉੱਥੇ ਪਹੁੰਚੇ ਨੇ ਕਿਉਂਕਿ 15 ਮਿਲੀਅਨ ਤੋਂ ਵੱਧ ਟੂਰਿਸਟ ਐਕਸਪੈਕਟ ਕੀਤੇ ਜਾ ਰਹੇ ਆ ਜੀ ਈਵਨ ਬਰਾੜ ਸਾਹਿਬ ਬਾਹਰਲੇ ਮੁਲਕਾਂ ਦੇ ਡੌਗਸ ਵੀ ਉੱਥੇ ਜਿਹੜੇ ਡੌਗ ਸਕਵਡ ਦਾ ਹਿੱਸਾ ਬਣਨਗੇ ਉੱਥੇ ਪਹੁੰਚੇ ਹੋਏ ਆ ਜੀ ਬਰਾੜ ਸਾਹਿਬ ਬਿਲਕੁਲ ਜੀ ਫਿਰ ਪ੍ਰਬੰਧ ਤੱਕ ਖਾਸੇ ਕਰਨੇ ਪੈਂਦੇ ਆ ਪੁਲਿਸ ਦੇ ਕਿਉਂਕਿ ਉੱਥੇ ਇਹੋ ਜੀ ਹੈਪਨਿੰਗ ਨਾ ਹੋ ਜੇ ਸੋ ਆਪਾਂ ਥੋੜਾ ਜਿਹਾ 올림픽 ਦੀ ਗੱਲ ਕਰਗੇ ਤਾਂ ਇੰਡੀਆ ਦਾ ਕਿੰਨੇ ਕ ਨੰਬਰ ਨੰਬਰ ਤੇ ਰਹਿ ਜਾਂਦੇ ਆ 올림픽ਸ ਦੇ ਵਿੱਚ ਆਉਣ ਤੇ ਤੇ ਥੋੜਾ ਬਹੁਤ ਇਸ ਬਾਰੇ ਪਤਾ ਹੈਗਾ ਤੇ ਜਿਆਦਾ ਫਿਰ ਇਹ ਕਿਹੜੇ ਜਿਆਦਾ ਦੇਸ਼ਾਂ ਦੇ ਜਿਹੜੇ ਦੇਸ਼ ਦੇ ਵਿੱਚ ਜਿਆਦਾ ਖੇਡੀ ਗਈ ਹੈ WhatsApp ਜਿਹੜਾ ਪਿਛਲਾ 올림픽 ਹੋਇਆ ਸੀਗਾ ਆਪਾਂ ਦੇਖਿਆ ਜੇ ਤੁਸੀਂ ਮੈਡਲ ਟੈਲੀ ਦੀ ਗੱਲ ਕਰ ਰਹੇ ਹੋ ਮੈਡਲ ਟੈਲੀ ਦੇ ਵਿੱਚ ਆਪਾਂ ਤਿੰਨ ਚਾਰ ਮੁਲਕਾਂ ਨੂੰ ਹਮੇਸ਼ਾ ਟੌਪ ਦੇ ਉੱਤੇ ਦੇਖਦੇ ਹੁੰਦੇ ਆ ਕਦੇ ਯੂਐਸ ਹੁੰਦਾ ਕਦੇ ਚਾਈਨਾ ਹੁੰਦਾ ਨਾਰਵੇ ਜਰਮਨੀ ਇਦਾਂ ਦੇ ਮੁਲਕ ਹੁੰਦੇ ਆ ਇੰਡੀਆ ਦਾ ਨੰਬਰ ਖਾਸਾ ਪਿੱਛੇ ਰਹਿ ਜਾਂਦਾ ਮੇਰੇ ਖਿਆਲ 2022 ਦੇ ਵਿੱਚ ਇੰਡੀਆ ਦੇ ਲਈ ਕੋ ਮੈਡਲ ਨਹੀਂ ਸੀ ਆਇਆਗਾ 올림픽 ਦੇ ਵਿੱਚੋਂ 2022 ਦੇ ਵਿੱਚ ਸੀਗੇ ਵਿంటర్ 올림픽ਸ ਤਾਂ ਨਾਰਵੇ ਦੇ ਵਿੱਚ 16 골ਡ ਲੈ ਗਿਆ ਸੀਗਾ ਜਰਮਨੀ ਇਹਦੇ ਵਿੱਚ 12 골ਡ ਲੈ ਕੇ ਦੂਜੇ ਨੰਬਰ ਤੇ ਸੀ ਚੀਨ 9 골ਡ ਨਾਲ ਤੀਜੇ ਤੇ ਤੇ ਯੂ ਐਸ ਚੌਥੇ ਨੰਬਰ ਤੇ 8 골ਡ ਲੈ ਕੇ ਸੀਗਾ